ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਗੱਲ ਕਰਦੇ ਹਾਂ ਸੁਪਰ ਸੀਡਰ ਦੇ ਉੱਤੇ ਨਿਊ ਆਇਲੈਂਡ ਦੀ ਸਫਾਈ। ਵੇਖੋ ਮੁੱਢ ਉੱਦਾਂ ਖੜ੍ਹੇ ਆ, ਵੇਖੋ ਦੇਖ ਰਹੇ ਆਪਾਂ ਸਫਾਈ ਤੁਸੀਂ ਚੈੱਕ ਕਰਨੀ ਕਿ ਨਹੀਂ ਆ। ਟਰੈਕਟਰ ਚੱਲ ਕਿੱਦਾਂ ਦਾ ਰਿਹਾ ਵਾ ਇਹ ਵੀ ਤੁਹਾਨੂੰ ਨਜ਼ਰ ਆ ਰਿਹਾ ਵਾ। ਕਿਹੜੇ ਗੇਅਰ 'ਚ ਚੱਲਣ ਡਿਆ ਇਹ ਵੀ ਨਜ਼ਰ ਆ ਰਿਹਾ, ਕਿੱਦਾਂ ਦਾ ਚੱਲਣ ਡਿਆ ਇਹ ਵੀ ਨਜ਼ਰ ਆ ਰਿਹਾ, ਕਿੱਦਾਂ ਦਾ ਚੱਲਣ ਡਿਆ ਵਾ। ਇਹਨੇ ਪੁੱਛਦੇ ਆ ਪਾਇਲਟ ਨੂੰ, ਆਈਏ ਨੂੰ ਕਿੰਨੇ ਨੰਬਰ ਗੇਅਰ 'ਚ ਚੱਲਣ ਡਿਆ, ਕਿੰਨੇ ਨੰਬਰ ਗੇਅਰ 'ਚ ਚੱਲਣ ਡਿਆ ਵਾ। ਸੁਪਰ ਸੀਡਰ 'ਤੇ ਕਰ ਰਹੇ ਆਪਾਂ ਔਰ ਲੇਬਰ ਦੀ ਕੰਪੈਸਿਟੀ ਵੇਖੋ ਕਿੰਨੀ ਹੈ। ਫਿਰ ਆਪਾਂ ਨੂੰ ਸੁਣੋ ਬਿਨਾਂ ਟਰਬੋ ਤੋਂ ਟਰੈਕਟਰ ਚਲਾਇਆ ਸੀ, ਉੱਥੋਂ ਪਿਆ ਲਾ ਕੇ ਠੀਕ ਆ। ਕਿੰਨੇ ਵਜੇ ਪਾਇਆ ਸੀ ਪਹਿਲਾਂ, ਦੂਜੇ 'ਚ ਫਿਰ ਤੀਜੇ 'ਚ? ਦੂਜੇ 'ਚ ਪਾ ਕੇ ਚਲਾਓ ਭਲਾ ਕਿੱਦਾਂ ਦਾ ਚੱਲਦਾ, ਬਸ ਜ਼ਿਆਦਾ ਗੇੜਾ ਨਹੀਂ। ਨਹੀਂ ਚੱਲਿਆ ਟਰੈਕਟਰ ਪਹਿਲਾਂ ਇਹੋ ਟਰੈਕਟਰ ਤੀਜੇ ਲੋ ਦੇ ਵਿੱਚ ਬੜਾ ਵਧੀਆ ਚੱਲ ਰਿਹਾ। ਕਿੱਦਾਂ ਦਾ ਚੱਲ ਰਿਹਾ ਢਿੱਲੋ ਸਾਹਿਬ? ਕਹਿੰਦੇ ਬਹੁਤ ਵਧੀਆ ਚੱਲ ਰਿਹਾ। ਕੀਤਾ ਫੋਰਮੈਨ ਵਾ, ਇਹ ਹਟਾ ਜੇ ਆ ਨਾਲ ਦੀ ਬਾਹਰ ਆ, ਆਪ ਇੱਥੇ ਮੁੱਢਾਂ 'ਚ ਵਾ ਠੀਕ ਆ, ਕਨੇਡਾ ਹੁਣ ਆਪਾਂ ਟਰਬ ਦਾ ਕਨੈਕਸ਼ਨ ਕਰਕੇ ਫਿਰ ਤੁਹਾਨੂੰ ਵੀਡੀਓ ਵਿਖਾਉਂਦੇ ਆ। ਇੰਨਾ ਫਰਕ ਪੈਂਦਾ ਜੀ, ਟਰਬ ਆਪ ਲਾਈ ਹੋਈ ਆ, ਏਜੰਸੀ 'ਚੋਂ ਟਰਬ ਨਹੀਂ ਆਈ। 2006 ਮਾਡਲ ਟਰੈਕਟਰ ਆਏ ਬੰਦਾ ਵੀ ਆ ਰਿਹਾ ਸਾਡਾ ਕੈਨੇਡਾ। ਹੁਣ ਫਿਰ ਇਹਨੂੰ ਪਹਿਲਾਂ ਦੂਜੇ 'ਚ ਚਲਾਓ ਫਿਰ ਤੀਜੇ 'ਚ ਚਲਾਓ।
ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਹੁਣ ਆਪਾਂ ਤੁਹਾਨੂੰ ਦੱਸ ਦਿਆ ਕਿਹੜੇ ਗੇੜ 'ਚ ਟਰੈਕਟਰ ਚੱਲਣ ਡਿਆ ਸੀ। ਆ ਗਏ ਆ ਜਾਓ, ਕੀਤਾ ਜੀ ਉੱਤੇ ਆਓ।